ਪੱਛਮੀ ਬੋਲਵੀਆ ਵਿੱਚ ਐਲ ਆਲਟੋ ਦੀ ਪਬਲਿਕ ਯੂਨੀਵਰਸਿਟੀ ਵਿੱਚ ਚੌਥੀ ਮੰਜ਼ਿਲ ਦੀ ਰੇਲਿੰਗ ਅਚਾਨਕ ਡਿੱਗ ਗਈ। ਇਸ ਦੌਰਾਨ ਰੇਲਿੰਗ ਤੇ ਚੜ੍ਹੇ ਘੱਟੋ ਘੱਟ 5 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ। ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਮੰਤਰੀ ਕਾਰਲੋਸ ਐਂਡੁਆਰਡੋ ਡੇਲ ਕਾਸਟੀਲੋ ਨੇ ਟਵਿੱਟਰ ਤੇ ਕਿਹਾ ਕਿ ਹੁਣ ਤੱਕ ਉਹਨਾਂ ਦੇ ਕੋਲ 5 ਮ੍ਰਿਤਕ ਲੋਕਾਂ ਤੇ 3 ਲੋਕਾਂ ਦੇ ਗੰਭੀਰ ਦੇਖਭਾਲ ਵਿੱਚ ਹੋਣ ਦੀ ਰਿਪੋਰਟ ਹੈ। ਐਲ ਆਲਟੋ ਪੁਲਿਸ ਕਮਾਂਡਰ ਕਰਨਲ ਲਿਆਲੇਨ ਜ਼ਿਮਿਨੇਜ਼ ਦੀ ਇੱਕ ਰਿਪੋਰਟ ਮੁਤਾਬਿਕ ਇਹ ਜਾਨਲੇਵਾ ਹਾਦਸਾ ਕਾਰੋਬਾਰੀ ਪ੍ਰਸ਼ਾਸਨ ਦੇ ਵਿਦਿਆਰਥੀਆਂ ਦੇ ਇਕੱਠ ਦੌਰਾਨ ਵਾਪਰਿਆ। ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀਆਂ ਵਿੱਚ ਝਗੜਾ ਹੋ ਗਿਆ ਸੀ। ਇਸ ਦੌਰਾਨ ਹੋਈ ਧੱਕਾਮੁੱਕੀ ਵਿੱਚ ਕੁਝ ਵਿਦਿਆਰਥੀ ਰੇਲਿੰਗ ਵੱਲ ਡਿੱਗ ਗਏ। ਜ਼ਿਮਿਨੇਜ਼ ਨੇ ਕਿਹਾ ਕਿ ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।